ਚੱਲ ਵੀ ਗੁਲਾਬੋ, ਜਲਦੀ ਜਲਦੀ ਕਰ ਲੈ। ਆ ਲੈ, ਤੇਰੇ ਲਸਣ ਵੀ ਆ ਗਏ ਆ, ਤੇ ਹੁਣ ਜਲਦੀ ਦੇ ਨਾਲ ਸਬਜ਼ੀ ਬਣਾਉਣੀ ਆ, ਮਸਾਲੇ ਵੀ ਸਾਰੇ ਹੋ ਗਏ ਆ। ਹਾਂ, ਸਤਿ ਸ਼੍ਰੀ ਅਕਾਲ ਜੀ, ਮੈਂ ਕਿਹਾ ਜੀ ਗੱਲਾਂ ਵਿਦ ਗੁਲਾਬੋ ਦੇ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆ ਤੁਸੀਂ ਸੋਚਦੇ ਹੋਣੇ ਆ ਆ ਗੁਲਾਬੋ ਕੀ ਕਰੀ ਜਾਂਦੀ ਹੈ, ਐਡਾ ਕੜਾਇਆ ਪਾਇਆ, ਸਟੋਪ ਪਾਇਆ, ਇੰਨੇ ਮਸਾਲੇ ਸਬਜ਼ੀਆਂ, ਕੀ ਚੱਕਰ ਆ? ਦੱਸਦੀ ਹਾਂ, ਸਾਡੇ ਘਰ ਹੈ ਨਾ ਅੱਜ ਰਾਤ ਦੀ ਰੋਟੀ ਨਾ ਰਿਸ਼ਤੇਦਾਰਾਂ ਨੇ ਆਉਣਾ, ਅਤੇ ਮੈਨੂੰ ਕਹਿੰਦੇ ਗੁਲਾਬੋ ਇਹੋ ਜਿਹੀ ਸਬਜ਼ੀ ਖਵਾਈ ਕਿ ਅਸੀਂ ਉਂਗਲੀਆਂ ਚੱਟਦੇ ਰਹਿ ਜੇ। ਹੁਣ ਗੱਲਾਂ ਵਿੱਚ ਗੁਲਾਬੋ ਦੇ ਵਿੱਚ ਨਾ ਆ ਤਾਂ ਕੁੱਕਰੀ ਹੋ ਜਾਣੀ ਭਲਾ। ਹੁਣ ਮੈਂ ਦੱਸੋ ਕੀ ਕਰਾਂ, ਮੈਨੂੰ ਜਿੱਦਾਂ ਬਣਾਉਣੀ ਆਊਗੀ ਉੱਦਾਂ ਹੀ ਤਾਂ ਬਣਾਵਾਂਗੇ। ਉਹ ਕਹਿੰਦੇ ਜੀ ਇਹੋ ਜਿਹੀ ਸਬਜ਼ੀ ਹੋਣੀ ਚਾਹੀਦੀ, ਅਸੀਂ ਕਿਤੇ ਖਾਧੀ ਨਾ ਹੋਵੇ, ਬਸ ਨਜ਼ਾਰਾ ਹੀ ਦਵਾ ਦੇ ਗੁਲਾਬੋ। ਹੁਣ ਦੇਖੋ, ਆਲੂ, ਪਿਆਜ਼, ਟਮਾਟਰ ਸਾਰੇ ਹੈਗਾ, ਲਸਣ ਵੀ ਹੈਗਾ, ਮੈਨੂੰ ਸਮਝ ਨਹੀਂ ਆਉਂਦਾ ਇਹੋ ਜਿਹੀ ਮੈਂ ਭਲਾ ਕਿਹੜੀ ਸਬਜ਼ੀ ਬਣਾਵਾਂ। ਚਲੋ ਕੋਈ ਨਾ, ਮੈਂ ਆਲੂ ਵਗੈਰਾ ਥੋੜ੍ਹੇ ਕੱਟ ਲੈਂਦੀ ਹਾਂ ਅਤੇ ਇਹੋ ਤੜਕਾ ਛੌਂਕਾਂਗੀ, ਫਿਰ ਤਾਂ ਕਹਿਣਗੇ ਵੀ ਗੁਲਾਬੋ ਬਈ ਵਾਹ, ਬਹੁਤ ਹੀ ਵਧੀਆ ਬਣਾ ਦਿੱਤੀ ਹੈ। ਵੀ ਇੱਦਾਂ ਹੀ ਤਾਂ ਹੁੰਦਾ, ਤੁਹਾਨੂੰ ਪਤਾ ਆ ਸਾਡੇ ਨਾ ਅੱਜ ਜਿੱਥੇ ਪਿੱਛੇ ਹੁਣ ਇਹਨਾਂ ਦਾ ਵਿਆਹ ਹੋਇਆ ਸੀਗਾ, ਕੱਲ੍ਹ ਨਾ ਇਹਨਾਂ ਦੀ ਨੂੰਹ ਦੀ ਰਸੋਈ ਸੀ, ਪਹਿਲਾ ਚੌਕਾ ਸੀਗਾ, ਅਤੇ ਖੀਰ ਬਣਾਈ ਸੀ ਉਹਨੇ, ਬਹੁਤ ਹੀ ਵਧੀਆ ਬਣਾਈ ਸੀ। ਅਤੇ ਹੁਣ ਗੁਲਾਬੋ ਦੇ ਸਿਰ 'ਤੇ ਪੈ ਗਈ ਆ ਬਈ ਕਿਚਨ ਦੇ ਵਿੱਚ ਮਾਸਟਰ ਸ਼ੈੱਫ ਕਿੱਦਾਂ ਬਣ ਜਾਵਾਂ। ਨਾਲੇ ਤੁਸੀਂ ਵੀ ਅੱਜ ਮੈਨੂੰ ਦੱਸਣਾ ਆ ਕਿ ਤੁਸੀਂ ਵੀ ਘਰ ਆਪਣਾ ਕੰਮ ਕਰ ਲੈਂਦੇ ਹੋ, ਘਰ ਜਿੱਦਾਂ ਹੈ ਸਬਜ਼ੀ ਤੁਸੀਂ ਆਪ ਆਪਣੇ ਹੱਥੀਂ ਬਣਾ ਕੇ ਜਿਹੜਾ ਹੈਗਾ ਆਪਣੇ ਰਿਸ਼ਤੇਦਾਰਾਂ ਨੂੰ ਖਵਾਉਣਾ ਪਸੰਦ ਕਰਦੇ ਹੋ ਕਿ ਸਿੱਧਾ ਫੋਨ ਕਮਾਇਆ, ਆਰਡਰ ਕੀਤਾ ਅਤੇ ਨਾਲ ਹੀ ਬਾਹਰੋਂ ਮੰਗਾ ਲਿੱਤੀ? ਸਾਡੇ ਘਰ ਦੇ ਵਿੱਚ ਤਾਂ ਜਿਹੜੇ ਰਿਸ਼ਤੇਦਾਰ ਆਉਂਦੇ ਉਹਨਾਂ ਦਾ ਤਾਂ ਪਹਿਲਾਂ ਹੀ ਕਹਿਣਾ ਸੀ ਵੀ ਸਾਨੂੰ ਤਾਂ ਜਿਹੜੀ ਦਾਲ ਹੋਵੇ, ਆਲੂ ਹੋਵੇ, ਵੀ ਚੱਜ ਦੀ ਸਬਜ਼ੀ ਬਣਾਈ, ਉਹ ਵਧੀਆ ਆ ਜਾਵੇ, ਬਸ ਉਂਗਲਾਂ ਚੱਟਦੇ ਰਹਿ ਜਾਈਏ। ਹੁਣ ਮੈਂ ਲਸਣ ਜਿਹੜਾ ਨਾਲ ਦੀ ਪ੍ਰੀਤੋ ਤੋਂ ਮੰਗ ਕੇ ਲੈ ਕੇ ਆਈ ਹੈਗੀ ਹਾਂ। ਇੱਧਰੋਂ ਦੀ ਆ ਸਟੋਪ ਵੀ ਜਿਹੜਾ ਮੇਰੀ ਕੜਾਈ ਜਿਹੜੀ ਆ ਇੱਕਦਮ ਗਰਮ ਹੋ ਗਈ ਆ। ਕੱਲ੍ਹ ਨਾ ਟੀ ਵੀ ਦੇਖਣ ਦੀ ਸੀ ਉਹਦੇ ਘਰ, ਅਤੇ ਉੱਥੇ ਨਾ ਕੁੱਕਰੀ ਵਾਲਾ ਸ਼ੋਅ ਲੱਗਾ ਪਿਆ ਸੀ, ਕਹਿੰਦੇ ਇੰਨੀ ਜਲਦੀ ਜਲਦੀ ਕਰਦੇ ਆ ਭਲਾ, ਆਹ 2 ਮਿੰਟਾਂ ਦੇ ਵਿੱਚ ਤਾਂ ਸਬਜ਼ੀ ਬਣ ਜਾਂਦੀ ਉਹਨਾਂ ਦੀ, ਆਹ ਧੜ ਤੋਂ ਪੁਰਜੀਆਂ, ਭਲਾ ਕਿ ਇੱਦਾਂ ਹੁੰਦਾ ਹੈ ਕਦੀ? ਦੱਸਿਓ ਜ਼ਰਾ ਤੁਸੀਂ ਵੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਲਾਬੋ, ਕੀ ਹਾਲ ਚਾਲ ਹੈ ਜੀ? ਕੌਣ ਬੋਲ ਰਹੇ ਹੋ ਤੇ ਕਿੱਥੇ ਬੋਲਦੇ ਪਏ ਹੋ? ਮੈਂ ਨਹੀਂ ਯਾਰ, ਕੋਈ ਬੋਲਦਾ ਬਾਊ ਘੋਤੜਾ। ਅੱਛਾ ਅੱਛਾ ਜੀ, ਮੈਨੂੰ ਤੁਸੀਂ ਦੱਸੋ ਤੁਹਾਡੇ ਘਰੇ ਜਦੋਂ ਕਦੀ ਰਿਸ਼ਤੇਦਾਰ ਆਏ ਤੁਹਾਨੂੰ ਵੀ ਵੈਸੇ ਕੁਕਿੰਗ ਕਰਨ ਦਾ ਸ਼ੌਂਕ ਹੈਗਾ? ਹਾਂਜੀ, ਬੜਾ ਸ਼ੌਂਕ ਹੈ ਜੀ। ਅੱਛਾ ਜੀ, ਕੀ ਬਾਤ ਹੈ। ਅੱਛਾ, ਤੁਹਾਨੂੰ ਕੀ ਕੀ ਬਣਾਉਣਾ ਪਸੰਦ ਹੈਗਾ, ਨਾਲੇ ਖਾਣਾ ਵੀ ਕੀ ਕੀ ਪਸੰਦ ਆ? ਹਾਂਜੀ, ਅਸੀਂ ਤੇ ਵੀ ਬਿਰਿਆਨੀ ਬਣਾ ਲੈਂਦੇ ਹਾਂ। ਆਏ ਹਾਏ, ਬਿਰਿਆਨੀ, ਕੀ ਬਾਤ ਹੈ। ਅੱਛਾ, ਜਦੋਂ ਤੁਹਾਡੇ ਘਰੇ ਰਿਸ਼ਤੇਦਾਰ ਆਉਂਦੇ ਆ ਤੁਹਾਨੂੰ ਬਾਹਰੋਂ ਦੀ ਆਰਡਰ ਕਰਕੇ ਤੁਸੀਂ ਕਹਿੰਦੇ ਬਾਹਰੋਂ ਮੰਗਾਉਣਾ ਕਿ ਆਪਣੇ ਹੱਥੀਂ ਆਪ ਬਣਾਉਂਦੇ ਕਿ ਚਲੋ ਅੱਜ ਰਿਸ਼ਤੇਦਾਰਾਂ ਨੂੰ ਫੁੱਲ ਖੁਸ਼ ਕਰਦੀ ਹੈ, ਜਿੱਦਾਂ ਹੁਣ ਗੁਲਾਬੋ ਕਰੀ ਜਾਂਦੀ ਹੈ ਬਈ ਆਪ ਸਬਜ਼ੀ ਕੱਟਣ ਦੀ, ਆਪ ਹੀ ਸਬਜ਼ੀ ਬਣਾਉਂਗੀ ਮੈਂ ਤਾਂ। ਇਹ ਗੁਲਾਬੋ ਹਰ ਚੀਜ਼ ਅਸੀਂ ਘਰ ਹੀ ਬਣਾਉਂਦੇ ਹਾਂ। ਅੱਛਾ, ਮਤਲਬ ਕਦੀ ਏਦਾਂ ਤਾਂ ਨਹੀਂ ਹੋਇਆ ਕਿ ਬਾਹਰੋਂ ਆਰਡਰ ਕਰਨਾ? ਹੁਣ ਬਾਹਰ ਤੁਸੀਂ ਵਿਦੇਸ਼ 'ਚ ਰਹਿੰਦੇ ਹੋ, ਇੰਨੇ ਸਾਰੇ ਕੰਮ ਹੁੰਦੇ ਆ, ਹਰ ਚੀਜ਼ ਘਰ ਬਣਾ ਲਈ ਜੀ, ਸਾਨੂੰ ਕਿਸੇ ਦੀ ਲੋੜ ਹੀ ਨਹੀਂ ਪੈਂਦੀ। ਅੱਛਾ, ਬਸ ਸੁਣ ਕੇ ਤਾਂ ਬੜੀ ਖੁਸ਼ੀ ਲੱਗੀ ਹੈ। ਅੱਛਾ, ਪਲਾਓ ਦੇ ਨਾਲ ਨਾਲ ਹੋਰ ਕੀ ਬਣਾਉਣਾ ਪਸੰਦ? ਆ ਦੇਖੋ ਜੀ, ਮੇਰੇ ਕੋਲ ਆਲੂ, ਪਿਆਜ਼, ਟਮਾਟਰ ਹੈਗੇ, ਪਰ ਇਹੋ ਜਿਹੇ ਮੈਂ ਕਿਹੜਾ ਚੌਖਾ ਲਾਵਾਂ ਕਿ ਜਿਹੜੇ ਮੇਰੇ ਰਿਸ਼ਤੇਦਾਰ ਹੈ ਨਾ ਉਂਗਲੀਆਂ ਚੜ੍ਹਦੇ ਰਹਿਣ? ਤੁਹਾਡੇ ਕੋਲ ਕੋਈ ਰੈਸਿਪੀ ਹੈਗੀ ਆ? ਹਾਂਜੀ, ਦੱਸੋ ਫਿਰ ਮੈਨੂੰ ਵੀ। ਮੈਂ ਕਿਹਾ ਬਿਰਿਆਨੀ ਬਣਾ ਲਈ ਵੀ ਤੇ ਅੱਛਾ ਖੀਰ ਬਣਾ ਲਈ ਵੀ। ਖੀਰ ਬਣਾ ਲੈਂਦੇ ਹੋ? ਖੀਰ ਤਾਂ ਮੈਂ ਕੱਲ੍ਹ ਖਾ ਕੇ ਆਈ ਹੈ ਸਾਡੇ ਗੁਆਂਢੀਆਂ ਦੇ ਘਰ ਦੇ ਵਿੱਚ, ਅਤੇ ਮੇਰੇ ਕੋਲ ਆਲੂ ਹੈਗੇ ਆ, ਪਿਆਜ਼ ਹੈ, ਭਲਾ ਮੈਂ ਇਹੋ ਜਿਹੀ ਕਿਹੜੀ ਰੈਸਿਪੀ ਬਣਾਵਾਂ? ਤੁਸੀਂ ਮੈਨੂੰ ਸੋਚ ਕੇ ਦੱਸੋਗੇ? ਆਲੂ ਥੋੜ੍ਹੇ ਹੁੰਦੇ ਯੈਟ। ਅੱਛਾ, ਨਹੀਂ ਆਲੂਆਂ ਨੂੰ ਮੈਂ ਥੋੜ੍ਹਾ ਇੱਦਾਂ ਕੀ ਕਰਾਂ ਕਿ ਇਹਨਾਂ ਨੂੰ ਥੋੜ੍ਹਾ ਭੁੰਨ ਲਾਂ, ਪਿਆਜ਼ ਦੇ ਨਾਲ ਭੁੰਨ ਕੇ ਆਲੂ ਥੋੜ੍ਹੇ ਭੁੰਨ ਲਵਾਂ ਵਿੱਚ? ਆਲੂ ਭੁੰਨ ਲੈ ਅਤੇ ਵਿੱਚ ਪਾਏ ਸ਼ਿਮਲਾ ਮਿਰਚ ਅਤੇ ਹਰ ਚੀਜ਼ ਪਾ ਦੇ, ਚੌਲ ਪਾ ਦੇ। ਸਬਜ਼ੀਆਂ ਪਾਓ ਆਪਣੇ, ਬਰੋਕਲੀ ਪਾਓ। ਓਕੇ ਓਕੇ, ਮੇਰੇ ਕੋਲ ਹੁਣ ਬਰੋਕਲੀ ਤਾਂ ਹੈ ਨੀ ਗੀ, ਇੱਦਾਂ ਆ ਮੈਂ ਬਰੋਕਲੀ ਜਾ ਕੇ ਨਾ ਥੋੜ੍ਹੀ ਮੰਗ ਕੇ ਲਿਆਉਂਗੀ ਬਾਅਦ ਚੋਂ। ਫਿਲਹਾਲ ਇੱਦਾਂ ਕਰਦੇ, ਤੁਸੀਂ ਨੇ ਮੈਨੂੰ ਇੱਕ ਆਲੂ ਦੀ ਵਧੀਆ ਜਿਹੀ ਰੈਸਿਪੀ ਸੋਚ ਕੇ ਦੱਸਿਓ, ਇਸ ਟਾਈਮ ਤਾਂ ਮੈਂ ਆਲੂ ਦੀ ਕੋਈ ਸਬਜ਼ੀ ਬਣਾਉਣੀ ਆ, ਠੀਕ ਹੈ? ਤੁਸੀਂ ਸੋਚ ਕੇ ਮੈਨੂੰ ਜ਼ਰੂਰ ਦੱਸਿਓ। ਹਾਂਜੀ, ਮੈਂ ਕਿਹਾ ਜੀ ਆਲੂ ਦੀ ਨਾ ਮੈਨੂੰ ਕੋਈ ਰੈਸਿਪੀ ਤੁਸੀਂ ਸੋਚ ਕੇ ਜ਼ਰੂਰ ਦੱਸਿਓ, ਤਾਂ ਤੇ ਕਹਿੰਦੇ ਮੈਂ ਸਾਡੇ ਇੱਕ ਹੋਰ ਕੋਲਰ ਤੋਂ ਪੁੱਛ ਲੈਂਦੀ ਭਲਾ ਉਹਨਾਂ ਦੇ ਕੋਲ ਕੀ ਰੈਸਿਪੀ ਹੈਗੀ ਆ, ਕੀ ਪਤਾ ਮੈਂ ਫੋਲੋ ਹੀ ਕਰ ਲਾਂ। ਚਲੋ ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਅਤੇ ਹੁਣ ਸਾਡੇ ਨੈਕਸਟ ਕਾਲਰ ਆ, ਉਹਨਾਂ ਨੂੰ ਪੁੱਛਦੀ ਆ ਵੀ ਉਹਨਾਂ ਨੂੰ ਕੀ ਕੀ ਬਣਾਉਣਾ ਆਉਂਦਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ।
थैंक यू जी, थैंक यू। आज ना मैं घर दे सब्जी बनाई इन्नी पी आ, साडे रिश्तेदार ने आना, भला तुसी दसो तुहानू की बनाना आंदा, कुकिंग कदी पसंद है तुहानू? हां मैं सारा कुछ मैनेजमेंट करदा रहा, 5 साल होटल सी कम कीता। अच्छा, नहीं 5 साल हो गए तुसी अपने आप ही बना रहे हो? नहीं हुण तां चलो नौ भी बनाउंदी आ, सारा कुछ पहला मैं आप। अच्छा अच्छा, ते तुहानू मेरी नौ बहुत चंगी, मेरी नौ बहुत चंगी, मैं कला फोर्निया फ्री नौ। अच्छा जी, क्या बात है जी, बहुत सुन के खुशी हुई, तो बहुत बहुत धन्यवाद जी थोड़ा साडे नाल गलबात करन दे लई। ते मैं ना एक अपने होर कॉलर तो जान लेनी आ, भला उन्होंने कोई रेसिपी हैगी है जी मैनू दस सकन, मैं बना सकां अपने रिश्तेदारों नू खुश कर लां। हैलो, हेलो, सत श्री अकाल बाबू जी। सत श्री अकाल जी, कौन बोल रहे हैं? मैं मिंदर सिंह बोल रहा अपने निवाड़ा हॉस्पिटल। मिंदर सिंह जी, अच्छा मैनू दसो, मेरे घरे ना रिश्तेदार ने आना, कोई तुहाडे कोल इहो जी रेसिपी हैगी जिहड़ी झट च बन जाए, भला टीवी दे विच 2 मिंट चल जाए? हां जी, मैं ते नवां दसा रेस्टोरेंट च कम कीता सी। अच्छा, इंडियन अमेरिकन जर्मनी, पर इंडियन रेस्टोरेंट दा तां मैं खाना ही छड्या होया, ओहदे बारे ते चलो टेलीविजन ते नहीं मैं दस सकदा। बाकी जिहड़ा कढ़ी हुंदी ना, इह तों मैनूं बहुत नफरत ज्यादा आ, कढ़ी दी तां मैं शक्ल देख के नहीं राजी, बाकी सारी सब्जी चंगी आ। अच्छा, कड़ी तुहानू भी नहीं पसंद, मैनू भी नहीं पसंद हैगी, भला मेरे को हुण इस टाइम आलू आ, प्याज आ, टमाटर आ, कोई इहो जी झटपट जी रेसिपी होवे जिहड़ी मैं जल्दी बना लां। वैसे मैनू दसो, तुहानू हुण भी अपना काम आप करना पसंद है, मतलब तुसीं आप ही कुकिंग करदे हो अपने लई? हांजी हांजी, मैं तां आप ही कुक करदा हुंदा। अच्छा, अज की बनाया फिर तुसीं अपने घरे? सब्जी स्वाद ही लगदी, पहिलां तां मैं भांडा चंगी तरह उहनू धोणा हुंदा भांडे नू। अच्छा, ਮੈਂ ਕੜਾਈ ਤਾਂ ਮੈਂ ਵੀ ਚੰਗੀ ਤਰ੍ਹਾਂ ਸਾਫ਼ ਕਰਦਾ, ਮੈਂ ਵਾਸ਼ ਕਰਦਾ, ਧੋਣਾ ਹੁੰਦਾ ਸਬਜ਼ੀ ਜਿਹੜੀ ਹੁੰਦੀ ਹੈ ਨਾ, ਮੈਂ ਜਦੋਂ ਬਣਾਉਂਦਾ ਹੁੰਦਾ ਦੂਜੇ ਨੂੰ ਮੈਂ ਕਹਿੰਦਾ ਉਹਨਾਂ ਨੂੰ ਪਰੇ ਚਲਾਈ ਜਾਓ, ਤੇ ਜਿੰਨੀਆਂ ਨੇ ਮੇਰੀ ਸਬਜ਼ੀ ਹੱਥ ਦੀ ਖਾਧੀ ਆ, ਅੱਛਾ, ਸਾਰੇ ਮੰਨ ਗਏ ਵੀ ਮੇਰੇ ਤੇਰੇ ਹੱਥਾਂ 'ਚ ਕੀ ਜਾਦੂ ਆ। ਏ ਕੀ ਬਾਤ ਹੈ, ਅੱਛਾ ਅੱਜ ਕੀ ਤੁਸੀਂ ਆਪਣੇ ਘਰੇ ਚਾੜਿਆ? ਤੂੰ ਹੈ ਜੀ ਰੈਸਪੀ ਬਾਰੇ ਕਹਿ ਦੇਣ, ਅੱਜ ਕੀ ਤੁਸੀਂ ਆਪਣੇ ਘਰੇ ਚਾੜਿਆ, ਅੱਜ ਕੀ ਬਣਾਇਆ ਫਿਰ ਤੁਸੀਂ? ਅੱਜ ਤੇ ਮੈਂ ਗੋਭੀ ਆਲੂ ਦੀ ਸਬਜ਼ੀ, ਯਾਨੀ ਕਿ ਚਿਕਨ ਚੁਕਨ ਬਣਾ ਲਈ ਦਾ। ਅੱਛਾ, ਸਾਗ ਮੈਂ ਚਲੋ ਨਾਰਮਲ ਗੱਲ ਹੈ ਨਾ, ਉਹ ਆਪਣੀ ਭਾਸ਼ਾ ਬਣੀ ਹੋਈ, ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤਾਂ ਚਲੋ ਪੁਰਾਣੀ ਹੈਗੀ। ਅੱਛਾ, ਸਾਗ ਵੀ ਤੁਸੀਂ ਆਪ ਹੀ ਉੱਥੇ ਆਪਣੇ ਘਰੇ ਬਣਾਉਂਦੇ ਹੁੰਦੇ ਹੋ ਕਿ ਬਾਹਰੋਂ ਲੈ ਆਉਂਦੇ ਹੋ? ਨਹੀਂ ਨਹੀਂ, ਆਪ ਮੈਂ ਹੁਣ ਬਾਹਰੋਂ ਦਾ ਖਾਣਾ ਛੱਡ ਦਿੱਤਾ ਆ। ਨਹੀਂ, ਬਹੁਤ ਵਧੀਆ ਗੱਲ ਆ, ਆਪ ਕੋ ਬਾਹਰੋਂ ਜਿਹੜਾ ਇੰਡੀਅਨ ਰੈਸਟੋਰੈਂਟ ਦੀ ਤਾਂ ਗੱਲ ਹੀ ਛੱਡੋ, ਉਹ ਤਾਂ ਮੈਨੂੰ ਪਤਾ ਨਾ ਵੀ ਜੋ ਕੁਛ ਉੱਥੇ ਹੋ ਰਿਹਾ ਅੰਦਰ ਕਿਚਨ ਚ, ਕੋਈ ਨਾ ਕੋਈ ਨਾ, ਹੱਥ ਵੀ ਨਹੀਂ ਧੋਣੇ। ਬਹੁਤ ਚੰਗਾ ਲੱਗਾ ਲੋਕੀ। ਨਹੀਂ, ਬਹੁਤ ਚੰਗਾ ਲੱਗਾ ਤੁਹਾਡਾ ਗੱਲ ਕਰਕੇ, ਫਿਰ ਮੈਂ ਗੱਲ ਕਰੂੰਗਾ ਜੀ। ਜੀ, ਬਹੁਤ ਬਹੁਤ ਧੰਨਵਾਦ ਜੀ, ਨਾਲੇ ਮੈਨੂੰ ਇੰਨਾ ਵਧੀਆ ਦੱਸਣ ਦੇ ਲਈ ਵੀ ਘਰ ਦੇ ਵਿੱਚ ਤੁਸੀਂ ਇੰਨਾ ਵਧੀਆ ਬਣਾ ਲੈਂਦੇ ਹੋ। ਮਤਲਬ ਸਾਡੇ ਨੈਕਸਟ ਕਾਲਰ ਤੋਂ ਜਾਣਦੇ ਆ, ਉਹਨਾਂ ਦੀ ਵੀ ਇਹ ਸੋਚ ਹੈਗੀ ਆ, ਤੇ ਗੱਲ ਕਰਦੇ ਆ, ਆ ਜਾਓ ਫਿਰ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਗੇਲ ਆਂਟੀ ਬੋਲ ਰਹੀ ਹਾਂ। ਗੇਲ ਆਂਟੀ ਜੀ, ਤੁਹਾਡੀ ਆਵਾਜ਼ ਸੁਣ ਕੇ ਮੈਨੂੰ ਲੱਗਾ ਤਾਂ ਸੀ, ਮੈਂ ਕਿਹਾ ਫਿਰ ਵੀ ਇੱਕ ਵਾਰ ਪੁੱਛ ਲਈਏ। ਹਾਂ, ਪੁੱਛ ਲਵਾਂ, ਭੁਲੇਖਾ ਨਾ ਪੈ ਜਾਵੇ। ਨਾ ਨਾ, ਭੁਲੇਖਾ ਪੈਣਾ ਨਹੀਂ ਚਾਹੀਦਾ, ਮੈਂ ਕਿਹਾ ਫਿਰ ਵੀ ਜਦੋਂ ਤੁਹਾਡੇ ਮੂੰਹੋਂ ਸੁਣਦੇ ਨਾ ਗੇਲ ਆਂਟੀ ਬੋਲਦੀ ਆ, ਬਸ ਕੰਨਣਾ ਇੰਨੇ, ਮਤਲਬ ਸਮਝ ਲੈਂਦੀ ਗੱਲ ਨੂੰ, ਬਹੁਤ ਚੰਗਾ ਲੱਗਦਾ ਜਦੋਂ ਕੰਨਾਂ ਤੇ ਤੁਹਾਡੀ ਆਵਾਜ਼ ਪੈਂਦੀ ਨਾ। ਅੱਜ ਮੇਰੇ ਕੋਲ ਨਾ ਆਲੂ ਹੈਗੇ, ਆਲੂ ਦੇ ਨਾ ਛੋਟੇ ਛੋਟੇ ਪੀਸ ਕਰ ਲਿੱਤੇ, ਚੌਪ ਜੇ ਕਰ ਲਿੱਤੀ ਆ, ਆ ਬਾਕੀ ਗਾਰਲਿਕ ਆ ਮੇਰੇ ਕੋਲ, ਤੇ ਨਾਲ ਹੀ ਪਿਆਜ਼ ਟਮਾਟਰ ਹੈਗਾ, ਬਸ ਤੜਕਾ ਲਾਉਣਾ। ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਕੋਲ ਕੋਈ ਇਹੋ ਜਿਹੀ ਰੈਸਪੀ ਹੈਗੀ ਜਿਹੜੀ ਜਲਦੀ ਦੇ ਨਾਲ ਬਣ ਜਾਏ, ਮੇਰੇ ਰਿਸ਼ਤੇਦਾਰ ਜਿਹੜੇ ਖੁਸ਼ ਹੋ ਜਾਣ। ਜਲਦੀ ਅਸੀਂ ਕਰੀ ਮਸਾਲਾ ਭੁੰਨੀ ਸਾਰਾ। ਅੱਛਾ, ਪਿਆਜ਼ ਲਸਣ ਅਦਰਕ ਸਾਰਾ ਪਾ ਕੇ ਟਮਾਟਰ ਮਸਾਲਾ ਭੁੰਨ ਕੇ। ਅੱਛਾ, ਤੇ ਵੇ ਗਾਜਰ ਮਟਰ ਪਾ ਦੇਈ, ਬੰਦ ਗੋਭੀ ਪਾ ਦੇਈ। ਅੱਛਾ, ਤੇ ਸਾਰੀ ਮਿਕਸ ਸਬਜ਼ੀ ਬਣਾ ਲਈ, ਮਿਕਸ ਸਬਜ਼ੀ ਵਿੱਚ ਪਨੀਰ ਵੀ ਪਾ ਲਈ, ਤੇ ਉਧਰੋਂ ਸਬਜ਼ੀ ਬਣੇਗੀ, ਉਧਰੋਂ ਆਟਾ ਬਣਾ ਕੇ ਰੱਖੇਗੀ, ਆਪੇ ਕੋ ਰੋਟੀ ਬਣਾ ਕੇ ਪਾ ਝਟ ਖਵਾ ਦੇਂਗੀ। ਅੱਛਾ, ਫਿਰ ਤਾਂ ਬਹੁਤ ਵਧੀਆ। ਤੋਈ ਜੀ ਬਣਾਉਣੀ ਤੇ ਫਿਰ ਅਰਬੀ ਕੱਟ ਲਈ? ਨਹੀਂ, ਅਰਬੀ ਤਾਂ ਕੋਲ ਨਹੀਂ ਹੈਗੀ ਇਸ ਟਾਈਮ, ਤਾਂ ਆਲੂ ਪਿਆਜ਼ ਆ, ਪਨੀਰ ਜਿਹੜਾ ਹੈਗਾ ਅੰਦਰ ਪਿਆ ਹੋਇਆ, ਪਨੀਰ ਮੈਂ ਵਿੱਚ ਥੋੜਾ ਪਾ ਦਿੰਦੀ। ਨਹੀਂ, ਤੇ ਇਹਦੇ ਪਨੀਰ ਪੈ ਜਾਏਗਾ ਨਾ, ਲਾਲ ਇੱਕ ਮਚੇ ਸਭ ਤੋਂ ਜ਼ਿਆਦਾ ਛੇਤੀ ਬਣਾਉਣੀ ਹੋ, ਤੇ ਫਿਰ ਮਟਰ ਟਮਾਟਰ ਸਾਰਾ ਪਿਆਜ਼ ਪੂਜ ਪਾ ਕੇ ਮਸਾਲਾ ਭੁੰਨ ਲਈ। ਅੱਛਾ, ਤੇ ਫਿਰ ਜਿਹੜੀ ਲਾਲ ਮਿਰਚ ਮੋਟੀ ਹੁੰਦੀ ਹੈ ਨਾ, ਹਾਂਜੀ ਹਾਂਜੀ, ਉਹਨੂੰ ਚੌਰਸ ਜੇ ਪੀਸ ਛੋਟੇ ਕਰ ਲਈ, ਛੋਟੇ ਪੀਸ ਕਰ ਲਾ। ਅੱਛਾ, ਇੱਕ ਜਿਹੜੀ ਹਰੀ ਮੋਟੀ ਮਿਰਚ ਹੁੰਦੀ ਹੈ ਸ਼ਿਮਲਾ, ਉਹਦੇ ਵੀ ਉਸ ਤਰ੍ਹਾਂ ਦੇ ਪੀਸ ਕਰ ਲਈ। ਠੀਕ ਹੈ, ਉਹਨੂੰ ਵਿੱਚ ਪਾ ਕੇ ਥੋੜਾ ਭੁੰਨੀ ਜੀ ਲਾ ਲਈ, ਜਦੋਂ ਭੁੱਜੇ ਥੋੜਾ ਕੱਜ ਦੇਈ ਉੱਤੋਂ। ਠੀਕ ਹੈ ਠੀਕ ਹੈ, ਮਾੜਾ ਜਿਹਾ ਪਾਣੀ ਦੇ ਲਾ ਕੇ ਕੱਜ ਦੇਈ। ਠੀਕ ਹੈ, ਗਿੱਲਾ ਕੇ ਥੋੜੀ ਦੇਰ ਬਾਅਦ ਹੀ ਸਬਜ਼ੀ ਜਿਹੜੀ ਮਟਰ ਛੇਤੀ ਬਣੇਗੀ, ਨਾਲ ਦੀ ਨਾਲ ਪਨੀਰ ਪਾ ਕੇ ਤੇ ਫਿਰ ਹਿਲਾ ਕੇ ਥੱਲੇ ਲਾ ਲਈ, ਉਹ ਸਭ ਤੋਂ ਬੈਸਟ, ਸਭ ਤੋਂ ਛੇਤੀ ਬਣੇਗੀ, ਬੜੀ ਸਵਾਦ। ਫਿਰ ਧਣੀ ਪਾ ਲਈ ਮਸਾਲਾ ਥੋੜਾ,
ਓਕੇ ਬਹੁਤ ਬਹੁਤ ਵਧੀਆ ਪਾ ਕੇ ਰੱਖ ਲਈ ਤੇ ਰੋਟੀਆਂ ਲਾ ਕੇ ਖਾ ਲਈ। ਬਹੁਤ ਵਧੀਆ ਗਿੱਲ ਆਂਟੀ, ਤੁਸੀਂ ਮੈਨੂੰ ਰੈਸਪੀ ਦੱਸੀ। ਇੱਧਰ ਮੈਂ ਛੋਟੇ ਛੋਟੇ ਪਿਆਜ਼ ਲਾਏ ਹੋਏ ਸੀ, ਭੁੰਨ ਗਏ ਸਾਰੇ, ਤੇ ਮੈਂ ਚੰਗੀ ਤਰ੍ਹਾਂ ਇੱਦਾਂ ਕਰਦੀ ਸਬਜ਼ੀਆਂ ਵਿੱਚ ਥੋੜੀਆਂ ਪਾ ਲੈਂਦੀ ਹਾਂ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨੀ ਵਧੀਆ ਰੈਸਪੀ ਦੱਸਣ ਲਈ ਮੈਨੂੰ। ਚਲੋ ਜੀ ਬਈ, ਕੁਇਕ ਕੁਇਕ ਜਿਹੜੇ ਆ ਤੜਕਾ ਤਾਂ ਲੱਗ ਗਿਆ, ਹੁਣ ਮੈਂ ਅਗਲੇ ਕਾਲਰ ਤੋਂ ਜਾਂਦੀ ਹਾਂ। ਭਲਾ ਉਹਨਾਂ ਨੂੰ ਵੀ ਕੁਕਿੰਗ ਕਰਨਾ ਪਸੰਦ ਹੈਗਾ ਵੀ? ਜਿੰਨੇ ਸਾਡੇ ਕਾਲਰਸ ਆ ਰਹੇ ਆ, ਫੋਨ ਆ ਰਹੇ ਆ, ਉਹ ਕਹਿੰਦੇ ਸਾਨੂੰ ਤਾਂ ਆਪਣਾ ਹੱਥ ਦੇ ਹੱਥੀ ਬਣਾਇਆ ਜਿਹੜਾ ਖਾਣਾ ਪਸੰਦ ਆ। ਗੱਲ ਕਰਦੇ ਹਾਂ ਫਿਰ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ? ਮੈਂ ਗੁਰਮੀਤ ਸਿੰਘ ਬੋਲ ਰਿਹਾ ਜੀ, ਕੈਲੀਫੋਰਨੀਆ ਫ੍ਰੀ ਲੋਨ ਤੋਂ। ਜਗਮੀਤ ਸਿੰਘ ਜੀ, ਕੀ ਹਾਲ ਚਾਲ ਹੈ ਤੁਹਾਡੇ? ਵਧੀਆ ਵਧੀਆ, ਫਸਟ ਕਲਾਸ ਵਧੀਆ ਨੇ। ਤੇ ਤੁਸੀਂ ਕਹਿੰਦੇ ਜੇ ਵੀ ਫਟਾਫਟ ਕਿਹੜੀ ਚੀਜ਼ ਚਾਹੀਦੀ ਹੈ? ਫਟਾਫਟ ਚਾਰ ਹੈਗਾ ਜੀ ਸਾਡੇ ਕੋਲ, ਚਾਰ। ਨਹੀਂ ਮੈਂ ਉਹੀ ਕਹੀ ਨਹੀਂ, ਨਾਲ ਗੱਲਾਂ ਕਰਦੀ ਵੀ ਸੀ, ਹਜੇ ਤਾਂ ਮੈਂ ਸਬਜ਼ੀ ਕੱਟੀਆਂ ਨਹੀਂ ਪਈਆਂ, ਤੇ ਨਾਲ ਮੈਂ ਪੁੱਛੀ ਨੇ ਤੁਹਾਡੇ ਤੋਂ ਰੈਸਪੀ। ਹੁਣੇ ਗਿੱਲ ਆਂਟੀ ਨੇ ਬਹੁਤ ਸੋਹਣੀ ਰੈਸਪੀ ਦੱਸੀ ਹੈ ਮੈਨੂੰ। ਤੁਸੀਂ ਇਹ ਦੱਸੋ ਕਿ ਤੁਹਾਨੂੰ ਵੀ ਘਰੇ ਆਪ ਹੱਥੀ ਖਾਣਾ ਬਣਾਉਣਾ ਪਸੰਦ ਹੈਗਾ ਜਾਂ ਫਿਰ ਦੂਜੇ ਦਾ ਹੱਥੀ ਬਣਾਇਆ ਖਾਣਾ ਤੁਸੀਂ ਖਾਣਾ ਪਸੰਦ ਕਰਦੇ ਹੋ? ਜਦੋਂ ਕੋਈ ਚੰਗੀ ਚੀਜ਼ ਬਣਾਉਣੀ ਹੋਵੇ ਆਪ ਬਣਾਉਂਦੀ ਨਹੀਂ ਤੇ ਘਰੋਂ ਮਿਲ ਜਾਂਦੀ ਬਣੀ ਬਣਾਈ। ਅੱਛਾ, ਨਹੀਂ ਚੰਗੀ ਚੀਜ਼ ਤੁਹਾਨੂੰ ਕਿਹੜੀ ਬਣਾਉਣੀ ਪਸੰਦ ਹੈਗੀ? ਤੁਸੀਂ ਕੁਕਿੰਗ ਕਰ ਲੈਂਦੇ ਹੋ? ਸਾਰੀਆਂ ਹੀ। ਅੱਛਾ ਅੱਛਾ, ਮੈਨੂੰ ਤੁਸੀਂ ਇਹ ਦੱਸੋ ਕੋਈ ਇਹੋ ਜਿਹੀ ਸਬਜ਼ੀ ਹੋਵੇ ਜਿਹੜੀ ਤੁਸੀਂ ਮਿਸ ਕਰਦੇ ਹੋ, ਤੁਸੀਂ ਉੱਥੇ ਨਹੀਂ ਬਣਾ ਪਾਉਂਦੇ ਹੋ, ਕੋਈ ਇਹੋ ਜਿਹੀ ਹੈਗੀ ਕਿ ਸਾਰੀਆਂ ਬਣਾ ਲੈਂਦੇ ਹੋ? ਸਾਰੀਆਂ ਟੋਟਲ A to Z। ਕਿਆ ਬਾਤ ਹੈ, A to Z। ਅੱਛਾ, ਤੁਹਾਡੇ ਕੋਲ ਕੋਈ ਇਹੋ ਜਿਹੀ ਕੁਇਕ ਰੈਸਪੀ ਹੈਗੀ ਆ? ਹਾਂਜੀ ਬਿਲਕੁਲ, ਦੇਖੋ ਗੱਲ ਸੁਣੋ। ਹਾਂਜੀ ਹਾਂਜੀ, ਤੁਸੀਂ 2 ਮਿੰਟਾਂ 'ਚ ਬਣਾਉਣੀ ਹੈ, 3-5 ਮਿੰਟਾਂ 'ਚ ਬਣ ਸਕਦੀ ਆ। ਮਿਕਸ ਸਬਜ਼ੀ ਹੁੰਦੀ ਹੈ ਇੱਕ, ਰਲੀ ਮਰੀ ਗਾਜਰਾਂ ਮਟਰ ਦੇ ਸਾਰ ਮਿਕਸ ਹੁੰਦੀ ਆ, ਤੇ ਪਿਆਜ਼ ਭੁੰਨੋ ਫਟਾਫਟ। ਅੱਛਾ ਅੱਛਾ, ਤੇ ਉਹ 'ਚ ਸਬਜ਼ੀ ਪਾ ਦਿਓ 5-4। ਠੀਕ ਹੈ ਠੀਕ ਹੈ ਜੀ, ਠੀਕ ਹੈ। ਅੱਛਾ, ਮੈਨੂੰ ਨਾ ਤੁਸੀਂ ਵੀ ਗਾਜਰ ਦੀ ਸੁਜੈਸ਼ਨ ਦਿੱਤੀ, ਮੇਰੇ ਕੋਲ ਗਾਜਰ ਤਾਂ ਪਈ ਨਹੀਂ, ਮੈਂ ਨਾ ਪੁੱਛ ਕੇ ਆਉਂਦੀ ਗੁਆਂਢੀ ਘਰੇ ਗਾਜਰ ਪਈ ਤਾਂ ਮਿਕਸੀ ਬਣਾ ਲੈਣੀ, ਮੈਂ ਨਾ ਗਾਜਰ ਪੁੱਛ ਕੇ ਆਈ ਨਹੀਂ। ਤੁਸੀਂ ਇੱਕ ਨਿੱਕਾ ਜਿਹਾ ਬ੍ਰੇਕ ਲੈ ਲਓ, ਗਾਜਰ ਤਾਂ ਮਿਲੀ ਨਹੀਂ ਗੁਆਂਢੀ ਨੂੰ ਪੁੱਛਾਂ ਦੀ, ਹੁਣ ਮੈਨੂੰ ਲੱਗਦਾ ਆ ਸਿਰਫ ਇਹਨਾਂ ਦੇ ਨਾਲ ਹੀ ਨਾ ਮੈਨੂੰ ਕੰਮ ਸਾਰਨਾ ਪੈਣਾ। ਚਲੋ ਮੈਂ ਨਾ ਫਟਾਫਟ ਸਬਜ਼ੀ ਕੱਟ ਲਾ ਤਾਂ ਕਿ ਤੜਕਾ ਜਿਹੜਾ ਚੰਗੀ ਤਰ੍ਹਾਂ ਲਗਾ ਸਕਾਂ, ਅਤੇ ਨਾਲੇ ਅੱਜ ਤਾਂ ਸੁਣ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਭ ਨੂੰ ਆਪਣੇ ਹੱਥੀਂ ਆਪਣਾ ਖਾਣਾ ਬਣਾਇਆ ਬਹੁਤ ਹੀ ਪਸੰਦ ਹੈ। ਬਈ ਆਪ ਵੀ ਬਣਾਓ ਅਤੇ ਨਾਲੇ ਖਾਓ, ਜਾਣਦੇ ਸਾਡੇ ਨੈਕਸਟ ਕਾਲਰ ਤੋਂ, ਭਲਾ ਉਹਨਾਂ ਨੂੰ ਵੀ ਆਪਣੇ ਹੱਥੀਂ ਖਾਣਾ ਬਣਾਉਣਾ ਪਸੰਦ ਹੈਗਾ ਕਿ ਕਿਵੇਂ ਆ? ਮੈਂ ਤਾਂ ਅੱਜ ਕੁਕਿੰਗ ਕਰੀ ਜਾਂਦੀ ਹਾਂ ਗੁਲਾਬੋ, ਅੱਜ ਤਾਂ ਮੈਂ ਸੱਚੀ ਕਹਿੰਦੀ ਵੀ ਗੱਲਾਂ ਵਿਦ ਗੁਲਾਬੋ ਤਾਂ ਗੁਲਾਬੋ ਤਾਂ ਨਾ ਕੁੱਕਰੀ ਹੋ ਗਈ ਹੈ, ਇੰਨੀ ਸੋਹਣੀ ਸੋਹਣੀ ਰੈਸਿਪੀ ਸੁਣਨ ਨੂੰ ਮਿਲਦੀ ਹੈ। ਭਲਾ ਜਾਣਦੇ ਸਾਡੇ ਅਗਲੇ ਕਾਲਰ ਤੋਂ, ਉਹਨਾਂ ਕੋਲ ਕੋਈ ਰੈਸਿਪੀ ਹੈਗੀ ਹੈ? ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਲਾਬੋ, ਕੀ ਹਾਲ ਚਾਲ ਆ? ਬਹੁਤ ਵਧੀਆ, ਫਸਟ ਕਲਾਸ, ਤੁਸੀਂ ਸੁਣਾਓ? ਬਸ ਠੀਕ ਠਾਕ ਹੈ ਜੀ। ਅੱਛਾ ਮੈਨੂੰ ਤੁਸੀਂ ਦੱਸੋ, ਹੁਣ ਤੁਹਾਨੂੰ ਵੀ ਖਾਣਾ ਬਣਾਉਣਾ ਪਸੰਦ ਹੈਗਾ ਕਿ ਬਸ ਜਿਹੜੇ ਘਰ ਦੇ ਵਿੱਚ ਕੋਈ ਬਣਾਉਂਦੇ ਬਸ ਉਹੀ ਖਾ ਲੈਂਦੇ ਹੋ? ਨਹੀਂ, ਬਣਾ ਵੀ ਲਈਦੇ ਆ ਜੀ, ਬਣੇ ਵੀ ਖਾ ਲਈਦੇ ਆ। ਅੱਛਾ, ਅੱਜ ਮੈਨੂੰ ਦੱਸੋ, ਅੱਜ ਤੁਸੀਂ ਬਣਿਆ ਖਾਧਾ ਕਿ ਬਣਾ ਕੇ ਖਾਧਾ? ਨਹੀਂ, ਅੱਜ ਤਾਂ ਬਣੇ ਖਾਧਾ ਜੀ, ਹੁਣ ਬਣਾ ਕੇ ਖਾਵਾਂਗੇ ਰਾਤ ਨੂੰ। ਅੱਛਾ, ਕੀ ਪਲੈਨਿੰਗ ਆ ਫਿਰ ਦੱਸ ਦਿਓ ਗੁਲਾਬਣ ਵੀ। ਪਲੈਨਿੰਗ, ਮੈਂ ਤੁਹਾਨੂੰ ਇੱਕ ਛੋਟੀ ਜਿਹੇ ਦੇ ਬਾਰੇ ਕਵਿਤਾ ਸੁਣਾਉਣਾ, ਸਬਜ਼ੀਆਂ ਦੇ ਬਾਰੇ। ਹਾਂ ਠੀਕ ਆ, ਮੇਰਾ ਬੂਟ, ਮੈਂ ਤੁਹਾਨੂੰ ਥੋੜੀ ਆ, 2-1.5 ਮਿੰਟ ਦੀ ਆ ਸਾਰੀ। 1-1.5 ਮਿੰਟ ਨਹੀਂ, 1-1.5 ਲਾਈਨ ਸੁਣਾਣੀ ਹੈ। ਦੇਖੋ ਫਿਰ ਮੈਂ ਰੈਸਪੀ ਵੀ ਤਾਂ ਨਾਲ ਨਾਲ ਤੜਕਾ ਵੀ ਤਾਂ ਲਾਣਾ ਵਾ, ਪਤਾ ਲੱਗੇ ਅਗਲੇ ਕਾਲਰ ਤੋਂ। ਚਲੋ ਮੈਨੂੰ ਸੁਣਾ ਫਿਰ ਸਬਜ਼ੀਆਂ ਦੀ ਸੁਣਾ। ਆਲੂ ਗੋਭੀ ਦਾ ਤੜਕਾ ਲਾਇਆ, ਰੁੱਤ ਜੇਠ ਹਾੜ ਦੀ ਆਈ, ਅਸੀਂ ਕੱਦੂ ਅਤੇ ਘੀਏ ਦੀ ਵੇਲ ਜਮਾਈ, ਜਦ ਲੱਗੇ ਘੀਆ ਤੇ ਕੱਦੂ, ਕੱਦੂ ਤੋੜ ਕੇ ਵਿੱਚ ਪਾਈਆਂ ਬੜੀਆਂ, ਅੰਮ੍ਰਿਤਸਰ ਦੀਆਂ ਸਬਜ਼ੀ ਖੂਬ ਬਣਾਈ, ਫਿਰ ਸ਼ਾਮ ਨੂੰ ਘੀਆ ਕੱਦੂ ਕਸ ਕਰਕੇ ਪਾਇਆ, ਵਿੱਚ ਦਹੀਂ ਦੇ ਰਾਇਤਾ ਬਣਾਇਆ ਤੇ ਘੀ ਵਿੱਚ ਸ਼ੱਕਰ ਪਾਈ, ਸ਼ੱਕਰ ਨਾਲ ਖਾ ਰੋਟੀ, ਉੱਤੋਂ ਪੀਤਾ ਦੁੱਧ ਮਲਾਈ ਵਾਲਾ, ਦੁੱਧ ਰਾਤ ਨੂੰ ਨੀਂਦ ਖੂਬ ਫਿਰ ਆਈ, ਸਵੇਰੇ ਉੱਠੇ ਮਾਂ ਨੇ ਗੰਢੇ ਅਤੇ ਆਲੂ, ਵਿੱਚ ਧਨੀਆ ਪਾ ਕੇ ਪਰੌਠੇ ਬਣਾਏ, ਪਰੌਠੇ ਖਾ ਕੇ ਤੈ ਸਕੂਲੇ ਜਾ ਹਾਜ਼ਰੀ ਲਾਈ, ਐਸੀ ਚੜੀ ਪਰੌਠਿਆਂ ਦੀ ਘੂਕੀ, ਸਾਨੂੰ ਨੀਂਦ ਬੜੀ ਆਈ, ਢੋ ਲਾ ਕੇ ਮਾਸਟਰ ਨੇ ਆ ਕੇ ਬੋਤੇ ਤੋਂ ਫੜ ਕੇ ਕੀਤੀ ਸਾਡੀ ਖੂਬ ਪਟਾਈ, ਮਾਸਟਰ ਨੇ ਆ ਕੇ ਕੀਤੀ ਸਾਡੀ ਖੂਬ ਪਟਾਈ। ਬਸ ਬਸ ਬਸ, ਇੰਨੀਆਂ ਸਬਜ਼ੀਆਂ ਤੁਸੀਂ ਚੇਤੀਆਂ ਕਰਾਤੀਆਂ, ਮੈਨੂੰ ਸਮਝ ਨਹੀਂ ਆਉਂਦਾ ਪਿਆ, ਹੁਣ ਮੇਰੇ ਕੋਲ ਤਾਂ ਆਲੂ ਪਿਆਜ਼ ਹੈ, ਮੈਂ ਤਾਂ ਇਹਦੇ ਨਾਲ ਹੀ ਬਣਾਉਣੀ ਹੈਗੀ ਸਬਜ਼ੀ। ਚਲੋ ਕੋਈ ਨਾ, ਤੁਸੀਂ ਨਾ ਮੈਨੂੰ ਸੋਚ ਕੇ ਦੱਸੋ ਆਲੂ ਪਿਆਜ਼ ਦੇ ਨਾਲ ਅਤੇ ਟਮਾਟਰ ਨਾਲ ਅਦਰਕ ਨਾਲ ਮੈਂ ਕਿਹੜੀ ਸਬਜ਼ੀ ਬਣਾਵਾਂ, ਠੀਕ ਹੈ? ਮੈਨੂੰ ਜਲਦੀ ਨਾ ਸੋਚ ਕੇ ਤੁਸੀਂ ਦੱਸਿਓ ਫਿਰ, ਠੀਕ ਆ? ਚਲੋ ਬਈ, ਇੰਨੀ ਸੋਹਣੀ ਸਬਜ਼ੀਆਂ ਚੇਤੇ ਕਰਾਤੀ, ਹੁਣ ਅਗਲੇ ਕਾਲਰ ਤੋਂ ਜਾਣਦੇ ਆ, ਭਲਾ ਉਹਨਾਂ ਦੇ ਕੋਲ ਕੋਈ ਇਹੋ ਜਿਹੀ ਰੈਸਪੀ ਹੈਗੀ ਜਿਹੜੀ ਕੁਇਕ ਹੋਵੇ ਅਤੇ ਫਟਾਫਟ ਬਣ ਜਾਵੇ? ਹੈਲੋ ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਗੁਲਾਬੋ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ? ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਸੁਣਾਓ ਕੌਣ ਬੋਲ ਰਹੇ, ਕਿੱਥੇ ਬੋਲ ਰਹੇ ਤੇ ਤੁਹਾਡੇ ਕੀ ਹਾਲ ਚਾਲ ਆ?
गुलाबो दिता पर अज मैं दसो हूं मैं सब्जी बना दी है कोई यह रेसिपी हैगी है जेडी मैं बना सका फटाफट दी आलू आलू बना तरी आले विच पा जीरा विच पा मेथी अच्छा जीरा पा करके बना नहीं आलू भुन के या फ्राई फ्रुई कर ला के तरी वाले आलू बनावा मैं तरी वाले आलू बाल ला बाल के आलू तरी आले बना फर्स्ट क्लास मैं तो हुन आलू काट लेते हुन मैं फिर आलू या फिर उबालना मैं आलू छोटे छोटे पीस कर लेते हैं बाकी प्याज है प्याज मैं सोदी वड़े वड़े तड़का ला लूंगी अच्छा मैंने दसो तुहानू सब तो ज्यादा बनाना की पसंद है क्या बात है क्या बात है बहुत वधिया तुहाडे कोल एहो जी कोई रेसिपी हैगी है भाई एदां आ फटाफट दी जड़ी बन जावे ते मेरे रिश्तेदार जदो खान उंगलियां चटदे रह जान कहण गुलाब इह बना आलू ही बना तरी आले वे उंगलियां चटदे रह जानगे अच्छा मैं ओदे विच मसाले केड़े केड़े पावां एक टमाटर पा ला एक प्याज पा ला अदरक पा ला अच्छा अच्छा ठीक है टमाटर जीरा तड़का दे विच उंगली चटदे रह जानगे तेरे कोल ठीक है मैं ना फिर जल्दी बना के तुहानू दसांगी किवें रिहा ठीक है जी चंगा जी धन्यवाद अच्छा साढ़े अगले कॉलर तो जानते हैं ओके जी बाय बाय साढ़े अगले कॉलर तो जानते हैं बई उन्हों का की कहना उन्होंने कुकिंग करनी कि पसंद हैगी हैलो 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 बई गुलाबो जी तुम सत श्रीकाल कहती है तुम भी बोलो हाँ जी सत श्रीकाल जी सत श्रीकाल की हाल ने जी बहुत वधिया जी तुम सुनाओ कौन तो कितों बोल रहे हो तो तुहाडे किवें हाल चाल आ दो प्याज एक्स्ट्रा है इधर कटे हुए लैने तो तुसी ले लो चाहिए ले लो कोई ना तुसी प्याज दा तड़का ला लियो इन्ना तां चलदा ही है ले लो प्याज कोई चक्कर नहीं है अच्छा मैंने दसो तुहाडी मन पसंदीदा केड़ी है जिहड़ी क्विक सर्विस जल्दी ना बन जाती है गुलाबड़ भी दस दो फिर फटाफट दी जिहड़ी बन जाती है एक मिनट की कहंदे पे हो मैं कि तुहाडे कोल कोई इहो जी रेसिपी हैगी जिहड़ी फटाफट दी बन जाए जल्दी ना बन जाए दो चार मिंटां दे विच मतलब फटाफट दी सब्जी कट्टी जावे फटाफट तड़का लावां ते इन्नी स्वाद बड़े भाई जिहड़ा खावे वाह वाह करदा रह जावे दो मिंटां च मेरे हिसाब नाल जिथे तक मैनूं पता है मैगी बणूगी नहीं मैगी तो नहीं बनानी बनाई तो सब्जी है आराम ना तड़का ला के कोई नहीं बनावेंगे बट होवे बहुत स्वादी जी होवे जल्दी गल करावांगे ठीक है जी चलो मैं ना साढ़े अगले कॉलर तो जान लैनी अजे उन्होंने मैंने कोई सजेशन देनी है कोई सलाह देनी हो गुलाबों भी अज तो फिर कुकिंग हो जाती पूरी पूरी हैलो हैलो सत श्रीकाल जी सत श्रीकाल जी जी कौन बोल रहे हो मेरा लखवीर सिंह जी हाँ जी तो कितों बोलते पे हो तुसी मैं न्यूयॉर्क तो बोल रहा जी क्या बात है जी की हाल चाल है तुहाडे ठीक है जी वधिया चाहिए अच्छा मैंने दसो तुहाडे कोल कोई इहो जी रेसिपी हैगी जिहड़ी फटाफट बन जावे दर्शक ने एक इजाजत लैंदा फिर गुलाबो तुहानू सत श्री अकाल कहिंदी मैं धनिया लैके आई भज के